ਗੈਂਬਰ ਮੰਡੀ ਤੇ ਤਰੀਕ ਹੈਗੀ ਪੰਜ ਅਪ੍ਰੈਲ ਤੇ ਅੱਜ ਮਾਸ਼ਾਅੱਲਾ ਮੰਡੀ ਦਾ ਬਾਜ਼ਾਰ ਆ ਪੰਜ ਤਰੀਕ ਚਾਰ ਪੰਜ ਦਾ ਬਾਜ਼ਾਰ ਹੁੰਦਾ ਇੱਥੇ ਤੇ ਇੱਥੇ ਲੋਹਰ ਮਕਾਨ ਰੋਡ ਦੇ ਉੱਤੇ ਮੌਜੂਦ ਹੈ ਤੇ ਮਾਸ਼ਾਅੱਲਾ ਅੱਜ ਭਾਈ ਮੁਖਤਾਰ ਕੋਲੇ ਪਹੁੰਚਿਆ ਭਾਈ ਮੁਖਤਾਰ ਡੋਗਰ ਕੋਲੇ ਤੇ ਹਰ ਮੰਡੀ ਦੇ ਮਾਸ਼ਾਅੱਲਾ ਜਾਨਵਰ ਵੀਡੀਓ ਪਾਈ ਦੀ ਸੁਥਰਾ ਜਾਨਵਰ ਲੈ ਕੇ ਆ ਰਹੇ ਨੇ ਤੇ ਚੰਗਾ ਮਾਸ਼ਾਅੱਲਾ ਅੱਜ ਇਹਨਾਂ ਕੋਲ ਜਿਹੜੀ ਝੋਟੀ ਖਲੋਤੀ ਹੈ ਦੂਜਾ ਵਾਰਾ ਸਹੀ ਹੈ ਦੂਜਾ ਵਾਰਾ ਕੋਈ ਝੋਟੀ ਤੇ ਪਿਓਰ ਨੁਸ਼ਾ ਲਾ ਕੇ ਰਾਵੀ ਦੇ ਲਾਗੇ ਦੀ ਝੋਟੀ ਹੈ ਪਿਓਰ ਰਾਵੀ ਦੀ ਤੇ ਕਰਮਾਲੀ ਨੂੰ ਹੁਸਨ ਵੀ ਬੜਾ ਕੱਦ ਬੜਾ ਜਿਹੜਾ ਦੁੱਧ ਮਾਸ਼ਾਅੱਲਾ ਝੋਟੀ ਕੋਲ ਹੈਗਾ 20 ਤੋਂ 22 ਲੀਟਰ ਦੁੱਧ ਪਾਈ ਕੇ ਕਹਿ ਰਹੇ ਦੋ ਟਾਈਮ ਚਵਾ ਕੇ ਦਿਆਂਗੇ ਬੜੀ ਸੁਥਰੀ ਝੋਟੀ ਹੈ ਮਾਸ਼ਾਅੱਲਾ ਤੇ ਇੱਕ ਤੇ ਦੋ ਚਾਰ ਤੋਂ ਪੰਜ ਮੱਝਾਂ ਨੇ ਮਾਸ਼ਾਅੱਲਾ ਸਾਰੇ ਜਾਨਵਰ ਤੁਹਾਨੂੰ ਵਿਖਾਉਣੇ ਆ ਥਣੀਆਂ ਕਰਾਉਣੇ ਆ ਪਹਿਲਾਂ ਸਭ ਤੋਂ ਪਹਿਲਾਂ ਤੁਹਾਨੂੰ ਦੂਜਿਆਂ ਝੋਟੀ ਵਿਖਾਉਣੀ ਕੱਦ ਚੰਗਾ ਸੋਹਣੀ ਸੁਥਰੀ ਮਾਸ਼ਾਅੱਲਾ ਬੜੀ ਸੁਥਰੀ ਤੇ ਮਗਰ ਇਹਨੇ ਕੱਟਾ ਕੱਟੀ ਹੈ ਕੱਟਾ ਤੇ ਦੁੱਧ ਜਿਹੜਾ ਇਹਨੇ ਕੋਲ ਹੈਗਾ 20 ਤੋਂ 22 ਕਿਲੋ ਹੈਗਾ ਉਹ ਕਹਿ ਤੁਹਾਨੂੰ ਇੱਕ ਇੱਕ ਕਰਕੇ ਜਾਨਵਰ ਵਿਖਾਉਣੇ ਆ ਫਿਰ ਜਿਹੜੀਆਂ ਗੱਲਾਂ ਬਾਤਾਂ ਨਾਲ ਕਰਨੀਆਂ ਇਨਸ਼ਾਅੱਲਾ ਪਹਿਲੇ ਨੰਬਰ ਤੇ ਚੈੱਕ ਕਰੋ ਝੋਟੀ ਦੂਜਿਆਂ ਝੋਟੀ ਮਾਸ਼ਾਅੱਲਾ ਚੰਗਾ ਕੱਦ ਕੱਦ ਕਾਟ ਬਰੀਕ ਚਮੜੀ ਦੀ ਹੈ ਤੇ ਚੈੱਕ ਕਰੋ ਚੂਰ ਗੁੰਡਾ ਸਿੰਘ ਮਾਸ਼ਾਅੱਲਾ ਨਿੱਕੀ ਜੀ ਬੁੱਧੀ ਹੈ ਤੇ ਵਜੂਦ ਮੱਝਾਂ ਵਾਲਾ ਕੱਦ ਬੜਾ ਚੰਗੀ ਕੰਡ ਜਿਹੜੀ ਚੋੜੀ ਹੈਗੀ ਹੈ ਮਾਸ਼ਾਅੱਲਾ ਮੰਜੀ ਜਿਹੜੀ ਚੋੜੀ ਹੈ ਨਿੱਕੀ ਜੀ ਵੱਖੀ ਹੈ ਚੰਗੀ ਪਸ਼ਮ ਹੁੰਦੀ ਬਰੀਕ ਪੁਛਲੇ ਪੈਰਾਂ ਤੱਕ ਤੇ ਮੁੱਠ ਭਰ ਥਾਂ ਦੇ ਸੋਹਣਾ ਸੁਥਰਾ ਮਾਸ਼ਾਅੱਲਾ ਚੈੱਕ ਕਰੋ ਇਹ ਵਾਲਾ ਛੱਡ ਕੇ ਮਾੜਾ ਚੋੜੀ ਹਾਰੇ ਮਾਈ ਚੋੜੀ ਪਾਰੇ ਕਰ ਅਬੀ ਲੜਾ ਪੰਨੀਆ ਬੈਲੀਆਂ ਨੂੰ ਬਿਲਕੁਲ ਬਰੀਕ ਧਾਗੇ ਵਰਗੀ ਮਾਸ਼ਾਅੱਲਾ ਪੁੱਛ ਲੈ ਨਿੱਕੀ ਜੀ ਵੱਖਰੀ ਮਾਸ਼ਾਅੱਲਾ ਮੁੱਠ ਰੱਖਿਆ ਲੁੱਕ ਦੀ ਨਾ ਧੁੰਨੀ ਨਾ ਕੋਲੀ ਧੁੰਨੀ ਕੋਲੀ ਤੋਂ ਬਗੈਰ ਬਣ ਜੇ ਕਪੜਾ ਮਾਰ ਜੀ ਇੱਥੇ ਮਾੜੇ ਸਾਹ ਪਿੱਛੇ ਦਾ ਅੱਛਾ ਜਿਹੜੀ ਆਹ ਮਾਝੇ ਇਹ ਦੂਜਾ ਨੇ ਜੀ ਕੀ ਦੁੱਧ ਸ਼ੁੱਧ ਹੈਗਾ ਇਹਨਾਂ ਕੋਲੇ ਪੱਕਾ ਦੁੱਧ ਨਾ ਕਰ ਪੱਕਾ ਦੁੱਧ 18 ਕਿਲੋ ਮਾਸ਼ਾਅੱਲਾ ਜੀ ਦੂਜਿਆਂ ਝੋਟੀ ਹੈ ਤੇ ਬੜੀ ਬਰੀਕ ਹੈ ਕੱਦ ਝੋਟੀ ਨੂੰ 5 ਤੋਂ 5.5 ਫੁੱਟ ਕੱਦ ਹੈ ਤੇ ਚਿੱਟੀਆਂ ਅੱਖਾਂ ਨੇ ਚੈੱਕ ਕਰੋ ਚਿੱਟੀਆਂ ਤੇ ਕਾਲੀਆਂ ਅੱਖਾਂ ਨੇ ਸ਼ਾਹ ਕਾਲੀ ਮੁਸ਼ਕਿਲ ਹੈ ਮਾਸ਼ਾਅੱਲਾ ਕੋਈ ਧੁੰਨੀ ਕੋਣੀ ਕੋਈ ਕੋਲੀ ਕੋਣੀ ਤੇ ਬਰੀਕ ਚਮੜੀ ਦੀ ਚੈੱਕ ਕਰੋ ਜੀ ਨਿੱਕੀ ਜੀ ਧੁੰਨੀ ਇਹਦੇ ਕੋਲੀ ਬਿਲਕੁਲ ਨਾ ਹੋਵੇ ਬਰਾਬਰ ਥਣ ਬੜਾ ਸੋਹਣਾ ਮਾਸ਼ਾਅੱਲਾ ਦੁੱਧ ਇਹਨੇ ਕੋਲ 17 ਤੋਂ 18 ਕਿਲੋ ਮਗਰ ਇਹਨੇ ਕੀ ਹੈ ਕੱਟਾ ਉਸ਼ਰ ਖੁੱਚਾਂ ਤੇ ਮਾਸ਼ਾਅੱਲਾ ਇਹ ਦੁੱਧ ਵਾਲੀ ਝੋਟੀ ਜੀ ਪੱਕੇ ਚੱਡੇ ਵਾਲੀ ਦਾਚੀ ਬਿਲਕੁਲ ਜੀ ਬਿਲਕੁਲ ਕੱਦ ਬੜਾ ਕਰਮਾਨੀ ਨੇ ਬੜੀਆਂ ਸੋਹਣੀਆਂ ਹੱਡੀਆਂ ਰੱਤ ਥੋੜੀ ਜੀ ਕਾਟੇ ਤੇ ਪੁੱਠਾ 2 ਫੁੱਟ ਚੌੜਾ ਮਾਸ਼ਾਅੱਲਾ ਪੂਰੀ ਬਰੀਕ ਹੈ ਜੀ ਧਾਗੇ ਵਰਗੀ ਉਵੇਂ ਉਂਗਲ ਤੋਂ ਨੇੜ ਲਓ ਆਹ ਕੱਟਾ ਮਗਰ ਦੇ ਆਹ ਕੱਟਾ ਜੀ ਮਾਸ਼ਾਅੱਲਾ ਬੜੀ ਨਸਲਦਾਸ ਵਾਲੀ ਹੈ ਜੀ ਬਿਲਕੁਲ ਦੁੱਧ ਵਾਲੀ ਝੋਟੀ ਦੂਜਿਆਂ ਝੋਟੀ ਅੱਛਾ ਜੀ ਉਸ ਤੋਂ ਬਾਅਦ ਜੀ ਆਹ ਮਾਝੇ ਇਹ ਕੋਈ ਬੰਦਾ ਅਗਰ ਗਵਾਲ ਵਾਸਤੇ ਲੈਣਾ ਚਾਹੁੰਦਾ ਦੁੱਧ ਵਾਸਤੇ ਮਾਸ਼ਾਅੱਲਾ ਇਹ ਤੀਸਰਾ ਵਾਰਾ ਸੂਈਏ ਇਹ ਵੀ ਦੂਜੇ ਨੇ ਦੁੱਧ ਕੀ ਇਹਨੇ ਕੋਲੇ ਦੁੱਧ ਦੇਖੋ ਮਾਸ਼ਾਅੱਲਾ
ਸੋਹਣੀ ਸੁਥਰੀ ਗਵਾਲ ਵਾਲੀ ਮਾਝੇ ਛੇੜ ਵਾਲੀ ਤੇ ਚਰਨ ਵਾਲੀ ਛੇੜ ਚ ਚਰਨ ਵਾਲੀ ਕਰਮ ਵਾਲੀ ਮਾਝੇ ਦੀ ਕੋਈ ਧੁੰਨੀ ਕੋਈ ਕੋਈ ਘੋੜੀ ਕੋਨੀ ਦੀ ਸਾਨੂੰ ਮੁਫ਼ਤ ਥੋੜਾ ਜਿਹਾ ਜੇ ਤੇ 17-18 ਕਿਲੋ ਦੁੱਧ ਨਿਕਲ ਮਾਸ਼ਾ ਅੱਲਾ ਇਹਨੇ ਮਗਰ ਕੀ ਹੈ ਕੱਟਿਆ ਜੀ ਚੰਗੀ ਰਾਤ ਤੇ ਕਰਮਾਲੀ ਚ ਠੀਕ ਹੋ ਗਿਆ ਮਤਲਬ 17-18 ਕਿਲੋ ਦੁੱਧ ਦੁੱਧ ਆਪਾਂ ਉਹ ਦੱਸਣਾ ਜਿਹੜਾ ਆਪਾਂ ਚਵਾ ਦਈਏ ਹਾਂ ਚਵਾ ਕੇ ਦੇ ਦੇਣੇ ਅੱਛਾ ਜਿਹੜੀ ਆਹ ਝੁੱਟੀ ਏ ਇਹ ਦੂਜੇ ਨੇ ਕਿ ਤੀਜੇ ਨੇ ਇਹ ਵੀ ਦੂਜੇ ਨੇ ਜੀ ਮਾਸ਼ਾਅੱਲਾ ਕਰਮਾਲੀ ਸੋਹਣੀ ਥਾਂ ਮਾਸ਼ਾਅੱਲਾ ਮੁੱਠ ਭਰ ਥਾਂ ਨਹੀਂ ਕਰਮਾਲੀ ਦਾ ਪੂਛਲ ਚੈੱਕ ਕਰੋ ਬਰੀਕ ਬਰੀਕ ਧਾਗੇ ਵਰਗੀ ਪੂਛਲ ਏ ਦੂਜੇ ਨੇ ਝੁੱਟੀ ਏ ਸਿੰਘ ਕਰਮਾਲੀ ਥੋੜਾ ਜਿਹਾ ਖੁੱਲਾ ਲੱਗਿਆ ਲੇਕਿਨ ਸੁਥਰਾ ਲੱਗਦਾ ਮਾਸ਼ਾਅੱਲਾ ਚੰਗਾ ਕੱਦ ਅੱਛਾ ਜੀ ਸ਼ੁੱਧ ਡੋਗਰ ਕਰਦੀਆਂ ਜੀ ਬਿਲਕੁਲ ਜੀ ਬਿਲਕੁਲ ਜੀ ਪਿਓਰ ਰਾਵੀ ਦੀ ਝੋਟੀ ਹੈ ਮਾਸ਼ਾ ਦੁੱਧ ਕਿੰਨਾ ਨਿਕਲ ਹੈਗਾ 18-19 ਸਰ ਠੀਕ ਹੋ ਗਿਆ ਜੀ ਮਾਸ਼ਾ 18-19 ਸਰ ਦੁੱਧ ਦੇ ਕਰਮਾਲੀ ਦੇ ਚੈੱਕ ਕਰੋ ਇਹਨੇ ਮਗਰ ਕੀ ਹੈ ਕੱਟੀ ਕਿਹੜੀ ਕੱਟੀ ਹੈ ਅੱਛਾ ਉਹ ਅੰਦਰ ਬੈਠੀ ਜੀ ਠੀਕ ਹੋ ਗਿਆ ਇਹ ਦੂਜੇ ਨੇ ਜੀ ਜਿਹੜੀ ਆ ਮਿੰਨੀ ਝੋਟੀ ਹੈ ਦੱਸੋ ਜੀ ਇਹ ਕਿਹੜੇ ਵਾਂਡੇ ਇਹ ਮਿੰਨੀ ਝੋਟੀ ਹੈ ਮਾਸ਼ਾ ਕੱਲ ਰਾਸ ਹੋਈ ਹੈ ਬੜਾ ਸੋਹਣਾ ਆਇਆ ਚਵਾਈ ਹੋ ਗਈ ਬੋਲਾ ਬੋਲਾ ਕੱਢਿਆ ਹੋਇਆ ਤੇ ਬਾਕੀ ਬੜੀ ਸੁਥਰੀ ਝੋਟੀ ਜੀ ਮਾਸ਼ਾ ਇਹ ਵੀ ਦੂਜੇ ਨੇ ਪੰਜੇ ਜਾਨਵਰ ਦੂਜੇ ਨੇ ਝੋਟੀਆਂ ਦੂਜੇ ਨੇ ਅੱਛਾ ਹੁਣ ਇਹਨਾਂ ਦੀਆਂ ਕੀਮਤਾਂ ਦੱਸਦਾ ਜਾ ਇੱਕ ਕਰਕੇ ਜਿਹੜੀ ਡਿਮਾਂਡ ਇੱਕ ਵਾਰ ਕਰਦਾ ਜਾਣਾ ਅੱਛਾ ਜੀ ਆਹ ਦੂਜੇ ਝੋਟੀ ਜਿਹੜੀ ਤੁਹਾਨੂੰ ਦਿਖਾਈ ਹੈ ਮਾਸ਼ਾ ਅੱਲਾ ਪਿਓਰ ਰਾਵੀ ਦੇ ਇਲਾਕੇ ਦੀ ਦੁੱਧ ਸਟਾਲ ਕਿੰਨਾ ਚਵਾਵੇਂਗੇ ਥੋੜੋ ਵੀਹ ਤੇ ਇੱਕੀ ਸਿਰ ਹੈਗਾ 18 ਸਿਰ ਚਵਾਵੇਗਾ ਪੱਕੀ ਗੱਲ ਲੈਣਾ 20 ਕਿਲੋ ਦੁੱਧ ਠੰਡਾ ਠੰਡਾ ਦੋ ਟਾਈਮ ਚੋਕੇ ਮਗਰ ਇਹਦੇ ਕੱਟੀ ਕੱਟਾ ਕੱਟਾ ਹਾਂ ਬਿਲਕੁਲ 3-4 ਦਿਨਾਂ ਸੂਈ ਅੱਛਾ ਤੇ ਕੀ ਡਿਮਾਂਡ ਇਹਦੀ ਹੈਗੀ ਪੱਕਾ ਜਿਹਾ ਮੁੱਲ ਕਰ ਲਿਖਿਆ ਜਿਹਨੇ ਨੇ ਭਾਲਿਆ ਨਹੀਂ 9 ਲੱਖ ਨਾ ਯਾਰ 9 ਲੱਖ ਬੜਾ ਮੁੱਲ ਹੈ ਪੱਕਾ ਜਿਹਾ ਮੁੱਲ ਕਰ ਪਿਆਰ ਚਲੋ ਹੁਣੇ ਸਾਡੇ ਨਾਲ ਕਰ ਲੈਣਾ ਬਾਅਦ ਚ ਫਿਰ ਪੱਕਾ ਕਰਦੇ 8 ਦੀ ਅੱਛਾ ਤੇ ਜਿਹੜੀ ਆਹ ਝੋਟੀ ਹੈ ਦੂਜਿਆਂ ਝੋਟੀ ਹੈ ਅੱਛਾ ਤੇ ਕੀ ਮੁੱਲ ਛੋਲੇ ਨਾਲ ਕੀ ਡਿਮਾਂਡ ਹੈ ਇਸ ਮਾਈ ਦਾ ਮੁੱਲ ਹੈ 7.5 ਪੁੱਠਾ ਰੱਖੀ ਖਲੋ ਤਾਂ ਯਾਰ ਤੂੰ ਪੱਕਾ ਮੁੱਲ ਕਰ ਦਿਸਦਾ ਪਿਆ ਸੁਬਾ ਸੁਬਾ 60 ਹੈ ਤੇ ਅੱਛਾ ਇਹ ਤੇ ਗੱਲ ਹੈ ਮੰਡੀ ਬੜੀ ਖਾਲੀ ਪਈ ਹੈ ਇਸਕੀ ਹਨਾ ਬਿਲਕੁਲ ਜੀ ਸਾਰ ਕੁਝ ਜਾਨਵਰ ਹੈ ਮਤਲਬ ਕਿ ਵਾਮ ਘੱਟ ਹੀ ਲੈ ਕੇ ਆਈਏ ਤੇ ਸੁਬਾ ਜੀ ਨਹੀਂ ਪਿਆ ਮਾਲ ਨੂੰ ਹਨਾ ਇਸ ਵਜ੍ਹਾ ਤੋਂ ਅੱਛਾ ਤੇ ਦੁੱਧ ਕਿੰਨਾ ਚਵਾਵੇਂਗੇ ਇਸ ਨੂੰ ਦੁੱਧ ਚਵਾ ਦੇਣਾ 17 ਕਿਲੋ ਚਲੋ ਠੀਕ ਹੋ ਗਿਆ ਡਿਮਾਂਡ ਵੇਖ ਲਈ ਸਟਾਰ ਜੀ ਸਾਰੀ ਵੇਖੀ ਮਾਸ਼ਾਅੱਲਾ ਧੁੰਨੀ ਕੋੜੀ ਤੋਂ ਬਗੈਰ ਕਰਮਾ ਦੇ ਐ ਕੂੰਜ ਵਰਗੀ ਏ ਬਰੀਕ ਝੋਟੀ ਏ ਅਸਲ ਡਾਚੀ ਮਾਝਾ ਅਸਲ ਜਿਹੜੇ ਪ੍ਰਾਂਤ ਉਹਦੇ ਚ ਹੁੰਦੇ ਸੀ ਲਬੋਚੜਾ ਬਿਲਕੁਲ ਬਿਲਕੁਲ ਡਾਚੀ ਇਹਨਾਂ ਨਾਮ ਵੀ ਡਾਚੀ ਏ ਜੀ ਹਾਈ ਡਾਚੀ ਆ ਡਾਚੀ ਅੱਛਾ ਤੇ ਜਿਹੜੀ ਆ ਮਾਝੇ ਇਹਨਾਂ ਕੋਲ ਕੀ ਦੁੱਧ ਸ਼ੁੱਧ ਹੈਗਾ 19 ਸਰ ਤੇ ਮੁੱਲ ਕੀ ਹੈਗਾ ਇਹਦਾ ਨਾ ਯਾਰ 5-6 ਨਾ ਕਰ ਪੱਕਾ ਮੁੱਲ ਕਰ ਜਿਹਨੇ ਦੇ ਦੇਣੀ ਹੈ ਹੁਣ ਦੱਸ ਤੇ ਕਿੰਨੇ ਦੇ ਦੇਣੀ ਸਾਡੇ 5.5 ਦੀ ਠੀਕ ਹੈ
ਆ 5.5 ਲੱਖ ਰੁਪਇਆ ਤੇ ਜਿਹੜੀ ਆ ਮਾਜੇ ਇਹਨੂੰ ਦੁੱਧ ਕਿੰਨਾ ਇਹ ਤੇਰਾ ਬਾਬਾ ਦੱਸ ਰਿਹਾ ਸੀ ਵੀ ਇਹ ਸ਼ੁਕਰ ਡੋਗੇ ਜਿਹੜੀ ਮੱਝ ਲਗਿਆ ਵੱਠੀ ਉਹਨੇ ਕਰਦੀਆਂ ਮੱਝਾਂ ਨੇ ਛੋਟੀਆਂ ਨੇ ਕਰਦੀ ਦਰਿਆ ਇਲਾਕੇ ਦੀ ਅੱਛਾ ਤੇ ਕੀ ਡਿਮਾਂਡ ਹੈਗੀ ਹੈ ਮਿੰਨੀ ਦਾ ਮੁਖੀ ਮੁੱਲ ਕਰ ਰਹੇ ਛੇ ਦੀ ਦੁੱਧ ਕਿੰਨਾ ਹੋਵੇ ਬੋਲਾ ਛੋਲਾ ਨਿਕਲ ਕਿੰਨਾ ਨੌ ਕਿਲੋ ਮਾਸ਼ਾਲਾ ਜੀ ਮਾਸ਼ਾਲਾ ਪਹਿਲਾ ਜਿਹੜਾ ਬੋਲਾ ਚੋਇਆ ਗਿਆ ਨਾ 9 ਕਿਲੋ ਕਰਮਾ ਜੀ ਕੋਲੇ ਤੇ ਚੋਈ ਕੀਤੀ ਹੋਈ ਹੈ ਤਾਂ ਮਤਲਬ ਕਿ ਨਜ਼ਰ ਆ ਰਹੀ ਉਸ ਤਰ੍ਹਾਂ ਹੈ 2 ਘੰਟੇ ਹੋ ਗਏ ਨੇ ਅੱਛਾ ਤੇ ਫੋਨ ਨੰਬਰ ਦੇ ਦੀਆਂ ਆਪਦਾ ਹੁਣ 345 3979 ਠੀਕ ਹੋ ਗਿਆ ਅੱਛਾ ਜੇ ਅਗਰ ਕੋਈ ਬੰਦਾ ਲੈਣਾ ਚਾਹੁੰਦਾ ਹੋਵੇ ਰਾਬਤਾ ਕਰ ਸਕਦਾ ਫੋਨ ਨੰਬਰ ਤਾਂ ਇਹਨਾਂ ਦੱਸਦਾ ਫੁੱਲ ਪਿਆਰ ਉਹਨਾਂ ਹੋਵੇਗਾ ਖਾਣ ਵਾਲੇ ਬੰਦੇ ਮੁਰਗੇ ਨਹੀਂ ਖਾਣੇ ਬਿਲਕੁਲ ਬਿਲਕੁਲ ਇਹ ਗੱਲਾਂ ਨਹੀਂ ਮਤਲਬ ਕਿਸੇ ਨੇ ਮੁੱਲ ਵੀ ਸੁਣ ਲਿਆ ਬਸ ਆਖੇ ਮੁੱਲ ਬੜਾਈਏ ਉਹ ਜਿਹੜਾ ਬੰਦਾ ਲੈਗਾ ਇਨਸ਼ਾਲਾ ਫੁੱਲ ਪਿਆਰ ਮੁਹੱਬਤ ਹੋਵੇਗੀ ਸਾਰੀਆਂ ਗੱਲਾਂ ਬਾਤਾਂ ਇਨਸ਼ਾਲਾ ਹੋ ਜਾਣਗੀਆਂ ਜੈ 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 ਇਨਸ਼ਾਲਾ ਮਿਲਦੇ ਅਗਲੀ ਵੀਡੀਓ ਚ ਆਪਣਾ ਖਿਆਲ ਰੱਖੇਗਾ ਅੱਲਾ।